हेलो जी, सत श्री अकाल जी। मैं अमनदीप कौर, पंजाबी कुकिंग एंड पंजाबी कल्चर में थोड़ा स्वागत करती हूँ। बदलवाई हजे हैगी है, मीह हट गया तो आप चलीए जी राजपुरे। उस तो पहले फ्रेंड, जो तुम मेरे चैनल पर नवे तो प्लीज़ मेरे चैनल सबसक्राइब जरूर कर लियो। तो जो थोड़ा मेरी वीडियो पसंद आती है तो प्लीज़ मैं लाइक तो कमेंट करके जरूर दसिया करो जी। तो वीडियो के बने रहो एंड तक, तो अपने करके आनी शॉपिंग क्योंकि अपन विआह आ रहा है एक, तो थोड़ा दसागे है ना विआह च अपने कदों जाना है तो कितने जाना है वह थोनों हजे थोड़ी दिन तक दसागे। चलो जी, आप समान चक लिया जी अंदरों, तो नाले बच्चों लिया बाहर कड के भी आज चलीए राजपुरे। लो जी अरमान चले, अज आपां इहनूं भी छड्डन चले। ओए जा, सासी दा करके आए करा, मिल के आए करा, बस इहनूं ही मिल लवें आके। तेनू मिली आके कहते हां चल बैठ, ऐदर नू बह जा। खोलिया मसा खोलिया, तुसी लोग नहीं खोलिया। अरमान जालियां पिछे रख दे करके, हैं ओ पता नहीं किने रखिया, उदन हमें रख दी। कुछ होया वे क्या है? ओ कुड़ी की ओह है उमर आ दो, ओ मासी की ओह है क्रीम तरना चाहिए। हाँ यो आई बोला ला सिस्टम में फोन की इसमें भी चल गई थी चकेड़ा की शक्ल करूंगा अग मैल कि अरमान जा रहे, जी लग जाएगा देखेंगे फिर उठ छेंगे। तेन भी अरमान को जाना अरमान गल छोड़ क्यों फिर स्कूल में तेरा बापू जाएगा शीशा पा मिट्टी गिरी जा फिर उड़ के खासा खासा पानी कड़ गए खेता वा खासा मीह पिया वे एक बजे उठा मीह पै रहा कट्टी बैठी थी बेचारी अखनी गिरी हुई, मैं चल साइड मा कर दा, उठी है बैठी रही फिर मैं चल बैठी ज्यादा पिछे नही है क्लच दबने करे सीधी थप्पड़ ला दे। बहुत बड़ी लत्त ने थी तक हट जा
ਮੜੇ ਜੀ ਉਹ ਘਰ ਪਿੱਛੇ ਨਾ ਬਸ ਹੁਣ ਠੀਕ ਹੁਣ ਲੱਗੀ ਮਿੱਟੀ ਸਿੱਧਾ ਹਾਂ ਸਿੱਧਾ ਕਿੱਥੇ ਜਾਣਾ ਸਿੱਧਾ ਮੈਂ ਨਹੀਂ ਮੈਨੂੰ ਘੁੰਮ ਕੇ ਇੱਧਰ ਗਫਾਰੇ ਉਹ ਇੱਧਰ ਨਹੀਂ ਜਾ ਹੋਣੇਗਾ ਜਾ ਹੋ ਜਾਣਾ ਉਹ ਮਿੱਟੀ ਕਿਹਦੀ ਵੀ ਹੈ ਲੋ ਜੀ ਆ ਦੇਖੋ ਉਹ ਦੇਖ ਮਿੱਟੀ ਕਿਹਦੀ ਵੀ ਹੈ ਗੁਹਾਰੇ ਧਰ ਹੋ ਗਏ ਕੱਲ ਲਾ ਲਈ ਕੋਈ ਸਕੀਮ ਆ ਕੱਲ ਕੱਲ ਇਹਨਾਂ ਨੇ ਗੁਹਾਰੇ ਧਰਤੇ ਹਨ ਸਾਰਿਆਂ ਨੇ ਹਾਂ ਉਰੇ ਹੋਇਆ ਤਾਂ ਹਨਾ ਪਹਿਲਾਂ ਹੈ ਨਹੀਂ ਦਿਨ ਹਲਾ ਤੂੰ ਹਦਾਲ ਤੇ ਗੁਹਾਰੇ ਵਿੱਚ ਪਾਣੀ ਖੜ ਕੇ ਹਰਾ ਤੇ ਜੋ ਜਗ੍ਹਾ ਦੀ ਰਾਤ ਤੇ ਹਾਂ ਇਹ ਟਰੈਕਟਰ ਉਰੇ ਪਿੱਛੇ ਨੂੰ ਕਾਦੇ ਕਰੇਦਾ ਪਿੱਛੇ ਨੂੰ ਕਾਦੇ ਕਰੇਦਾ ਉਰੇ ਉਰੀ ਹਮੇ ਗੱਡੀ ਫਸਾਈ ਦੀ ਆਪਣੀ ਆ ਗੱਡੀ ਉਰੇ ਫਸਾਈ ਦੀ ਹਾਂ ਮਰੁੱਤੀ ਨਹੀਂ ਕੋਣ ਆਇਆ ਉਸੇ ਉਸ ਨੇ ਕੱਢ ਕੇ ਦੇਈ ਜੈ ਮੈਂ ਮਰੁੱਤੀ ਗੱਡੀ ਸਿੱਖੜੀ ਦੀ ਨਾ ਰਮਾਨ ਲਿਆਈ ਉਰੇ ਤੇ ਬੈਕ ਕਰ ਲਈ ਮੈਨੂੰ ਚੜਾਣੀ ਆਈ ਨਹੀਂ ਉੱਪਰ ਹਾਈ ਮੈਂ ਕਿਹਾ ਹੁਣ ਕਿੱਥੇ ਚੜਾਵਾਂ ਪਰ ਭਾਈ ਉਹ ਪਿੱਛੇ ਰੂੜੀ ਜੇ ਪਿੱਛੇ ਬੈਠ ਕੇ ਉਹ ਪੱਥਰ ਜਾ ਪਿਆਦਾ ਇੱਕ ਹਨਾ ਉਹ ਗੱਡੀ ਤੇ ਵਾਸਲੀ ਨੰਬਰ ਪਲੇਟ ਵੱਜ ਕੇ ਟੁੱਟ ਗਈ ਹੈ ਨਾ ਇੱਕ ਭਾਈ ਜਾ ਆਇਆ ਟੋਲਾ ਹਮੇ ਕਿਹਾ ਅੰਕਲ ਉੱਪਰ ਚੜੇ ਵਿਚਾਰੇ ਨੇ ਉੱਪਰ ਚੜਾ ਕੇ ਦੇਈ ਮੈਂ ਉਹਨੂੰ ਕਰਨ ਲੱਗੇ ਮੈਂ ਚੁੱਪ ਚਾਪ ਕਰਕੇ ਖੜਾ ਦੇ ਜਾਂ ਸਿੱਖਰੇ ਤੇ ਫਿਰ ਮੈਂ ਉਹਨੂੰ ਚੜਾਣੀ ਆ ਗਈ ਉੱਪਰ ਵੀ ਚੜਾ ਕੇ ਮੇਰੇ ਮਾੜੇ ਮੁੱਟੇ ਉਹਨੇ ਦੋਵੇਂ ਸਿੱਖਦੇ ਸਿੱਖਦੇ ਕਿੰਨਾ ਬੁਰਾ ਹਾਲ ਹੋਇਆ ਵੇ ਆਪਣੀ ਵੀ ਇਹੀ ਹੋਈ ਹਾਏ ਹਾਏ ਨਾ ਬਾਬਾ ਉਹਨੇ ਲਖੜੀ ਦੀ ਮੈਂ ਰਸਤਾ ਸੁੱਕ ਗਿਆ ਕਿ ਜਾ ਕਾਵਾਂ ਕਿ ਕਿਉਂ ਚਲਾਵਾਂ ਹਲੇ ਕਿਤਰਾ ਖੜਾ ਹੈ ਨਾ ਚਾਦਰ ਹੋਣੀ ਹੈ ਕੰਮ ਖਰਾਬ ਹੈ ਬਹੁਤ ਕੰਮ ਖਰਾਬ ਹੋ ਗਿਆ ਰੱਬ ਨੇ ਮੈਂ ਵੀ ਜਾ ਕਾਵਾਂ ਦਾਦੇ ਕੋਲੇ ਪਾਣੀ ਮਾੜਾ ਹਾਲ ਕਰਤੇ ਉੱਥੇ ਪਾਣੀ ਚੜ ਰਿਹਾ ਹੋਣਾ ਹਾਏ ਇੱਧਰ ਆ ਤਾਂ ਬਸ਼ਾਤ ਹੀ ਜਮਾ पक्की भी थी जमा जमा बिछ गई पानी भी बहुत आ रहा नाले जी मैं ਇਧਰ ਬਚ ਗਿਆ ਠੀਕ ਹੈ ਚੱਲ ਇਹ ਪੱਕੀ ਹੈ ਹਾਂ ਹੈ ਤਾਂ ਉਹ ਵੀ ਪੱਕੀ ਤੇ ਆ ਦੇਖ ਇਧਰ ਵੀ ਕਿਤੇ ਕਿਤੇ ਜ਼ਿਆਦਾ ਵਿਚ ਗਈ ਹਾਂ ਬਾਲਾ ਹੈ ਬੁਰਾ ਹਾਲ ਇਹ ਤਾਂ ਦੇਖ ਹੂੰ ਆ ਦੇਖ ਆ ਪਛਾਤੀ ਜਾਵਾਂ ਆਪਣੀ ਵੀ ਸੀ ਪਾਣੀ ਆ ਇਧਰ ਵਾਲੀ ਠੀਕ ਹੈ ਇਧਰ ਵੀ ਘਟ ਹੋਇਆ ਆਪਣੀ ਇਧਰ ਕਣਕ ਵੀ ਭਾਰੀ ਦੀ ਦੱਸ ਇਹਦੇ ਤਾਂ ਪੀਲੀ ਹੋ ਗਈ ਹਾਂ ਇਹ ਤਾਂ ਪੀਲੀ ਹੋ ਗਈ ਪਰ ਇਹ ਠੀਕ ਹੈ इधर ज्यादा गिरी नहीं आई आ भी ठीक है वो पिछली तो जमा बिछ गई बिछी अरमान अगे ना बिच बचाओ थोड़ी घट बनेगी देखो क्या बने अरमान उधम तिरके जाएगा है कितना तिरेगा पानी चढ़ के तोड़ता है आ देख ਸੜਕ ਤੋੜ ਦੋ ਇਸੀ ਨੇ ਸੜਕ ਤੋੜ ਦੋਣੀ ਸੀ ਪਾਣੀ ਨੇ ਕਿੰਨਾ ਕਿੰਨਾ ਪਾਣੀ ਖੜੇ ਮੈਂ ਕਿਹੜੇ ਪੁਰਾਣੇ ਅੰਡਰ ਬ੍ਰਿਜ ਵਾ ਵੀ ਖੜਿਆ ਹੋਣਾ ਇਹ ਨਹੀਂ ਉਹਦਾ ਪਾਣੀ ਉੱਥੇ ਤਾਂ ਨਿਕਲ ਜਾ ਨਹੀਂ ਵੀ ਬਹੁਤ ਪੈ ਜਾਂਦਾ ਨਵੇਂ ਅੰਡਰ ਬ੍ਰਿਜ ਦਾ ਆ ਹਾਲੇ ਤਾਂ ਪੁਰਾਣੇ ਦਾ ਵੀ ਆਈ ਹੋਣਾ ਉੱਥੇ ਮੋਟਰ ਚਲਾ ਉੱਥੇ ਹੈ ਨਾ ਪਾਣੀ ਬੁੰਦ ਬੁੰਦ ਨਿਕਲ ਜਾ ਇਹ ਤਾਂ ਹੈ ਚਲਾਈ ਤਾਂ ਉਰੇ ਵੀ ਹੋਣੀ ਮੋਟਰ ਐਹੀ ਬਾਤ ਨਹੀਂ ਚਲਾਈ ਨਹੀਂ ਹੋਵੇ ਲਓ ਜੀ ਆਪਾਂ ਚੱਕਣ ਆਏ ਸੀਗੇ ਸੂਟ ਹਨਾ ਸਿਉਣੇ ਦਿੱਤੇ ਹੋਏ ਸੀਗੇ ਆ ਦੇਖੋ ਤੂਤਣੀਆਂ गुरुद्वारा साहब ਮੈਂ ਤੁਹਾਨੂੰ ਦੂਜਾ ਕਹਿਣਾ ਕਰਕੇ ਦਿਖਾਉਂਦੀ ਹਾਂ ਆਹ ਦੇਖੋ ਤੂਤਣੀ ਬਹੁਤ ਮਹਿੰਗਾ ਵਿਕਦਾ ਇਹ ਫਲ ਵੀ ਇਹ ਵੀ ਇੱਕ ਫਰੂਟ ਹੈ ਹਨਾ ਆਹ ਦੇਖੋ ਪਰ ਜਿਹੜੇ ਘੱਟ ਲਾਲ ਨੇ ਇਹ ਹਜੇ ਥੋੜੀ ਖੱਟੀਆਂ ਮਿੱਠੀਆਂ ਜੀ ਨੇ ਤੇ ਜਿਹੜੀਆਂ ਜ਼ਿਆਦਾ ਲਾਲ ਲਾਲ ਨੇ ਉਹ ਐਨ ਮਿੱਠੀਆਂ ਨੇ ਉਹ ਉੱਪਰ ਨੇ ਕੁਛ ਝੜ ਝੁੜ ਗਈਆਂ ਆਹ ਦੇਖੋ ਆ ਜਿਹੜੀ ਆਹ ਵਾਲੀ ਹੈ ਨਾ ਆਹ ਵਾਲੀ ਉਹ ਗਿਰ ਗਈ ਨੀਚੇ ਦੇਖੋ ਖਾਓ ਤੁਸੀਂ ਵੀ ਤੁੱਤਣੀ ਬੱਚੇ ਖੇਡ ਰਹੇ ਨੇ ਉਦਮ ਉਹ ਝੂਟੇ ਲੈ ਰਿਹਾ ਹੈ
सामने पार्क है ना, आ जाओ उधर। बस बहुत हो गए पुत, तू तो स्वाद बहुत है वैसे। चल आ चलिए, बस चल तेरी बोला भी लेनी है, फिर ड्रेसा तो तेरिया रह गई अज, देख लें घंटे तक होर जे आ गया ड्रेसा लेके। भाई असि ड्रेसा लेने गए थे है ना, तो उत्थे वो कहते ड्रेसा लेने गए हो अंकल, तुम घंटे डेढ़ घंटे तक आ जाओ। अज ने मेरी बांह पता नहीं कद दूर कुछ तो हथ सुजा होगा मेरा, तो कुछ बांह भी है ना दुख रही है, ये फोन भी नहीं फट हो रहा जे वाले हथ में, तो सूट अपने सिलाई करके ले ले है ना, तो कुछ करेंदे हजे तीन कमीजा रेंदिया ने, कहते सीईया नहीं गई हजे भी, वह फिर लै जो। तो एक सूट की अपने चुनी रंगानी है ना, देखते हैं चलते हैं आप चुनी रंगा। लो जी मीह तो मीह पैन तो बाद नैक्सट डे है, तो आप कल बाजार से जाए थे, बाकी बाजार चो आके बस फिर वीडियो शूट कर मन कर ना टाइम लगे, तो मीह हट गया है ना धुप चढ़ गई, मीह तो कल ही हट गया सी, पर कल बदलवाई जी काफ़ी सी। आ देखो मीह तो बाद कि खलारा पै जाता, सारा फर्श गंदा हो गया इधर भी है देखो, तो मैं ना मशीन च पानी पाते पहले आप मशीन लाइए, बाकी कम बाद करा क्योंकि कल भी अपने कपड़े धोए है ना मीह पैन करके, तो मम्मी उन्हें गए हुए ने धार क्ढन उदम पे हजे सुता, देखो सफ पा लिए है ना मशीन के बीच, फिर मान भी चले गया कल, नहीं तो हूँ ये दो जने साजरे से उठ जाना सी इन्होंने, हूँ ना उदम उठे ना अरमान है ना कड़ ले तार। लो जी मम्मी तारा कड़ के आ गए, मैं पहले मशीन नहीं ला देव फिर सारे दिन कपड़े घूमी जाए साजरे साजरे हे तो फर्श धोना। आ लो जी तार निकल के आ गई, हाँ झाड़ू पोचा अपने कुछ नहीं लाया है, हाँ तो वैसे मैं कपड़े मशीन च पाने शुरू किए ने, हजे उदम दिया पैंटा लेके आई हैं कल वह अल्टर करानी है, नहीं फिर देखूंगी आपे कर दूंगी और क्या। आ देखो सारिया पाथियां भिजी गई अपन पार क्योंकि मीह बेचारा रात को आया। आ देखो थोनू ना शिमला मिर्च दिखाने लगी हुई वधनी शुरू हो गई, मतलब लगी हुई का पहले सी। आ देखो बाकी होर भी फल आ रहे है, ये ना मैं कढ़िया ही नहीं हैगी इन्हें भी, चलो हाफे चा देखो छोटी जी शिमला मिर्च लगी हुई है, इन्हों ना मैं गमले च लाऊंगी, मैं गमले लियान का टाइम नहीं लग रहा। देखो एक इधर हो रही शिमला मिर्चा देखो ये वाली ये छोटी जी, ये तो हजे कोई नहीं लगी है, फुल वैसे आ रहे हैं शिमला मिर्चा लग गया पापा जी पापा जी कहते पार्टी शिमला मिर्च लग गई पकौड़े बना, जिन्हें शिमला मिर्च लगोगे उन्होंने पकौड़े बना लेने वट के। ਕੋਠੇ ਪਰ ਚੜਾਣੇ ਆ ਬੈਗ ਹੁਣ ਸਾਰੇ ਅੱਛਾ ਰਾਵਨ ਨੇ ਅੰਦਰ ਰੱਖ ਲਿਆ ਜਾ ਬੈਗ ਜਾ ਬਾਹਰ ਉਹ ਤਾਂ ਪਿੱਛੇ ਸਟੋਰ ਮੈਂ ਰੱਖ ਦੂੰਗਾ। ਲੋ ਜੀ ਇਹ ਦੇਖੋ ਤੁਹਾਨੂੰ ਆਲੇ ਦਾਲੇ ਦਾ ਵਿਊ ਵੀ ਦਿਖਾ ਦਿੰਨੇ, ਬੇੜਾ ਸੰਭਰਨ ਵਾਲਾ ਹੋਇਆ ਮੈਂ ਕਿਹੜੀ ਜੀ ਅੱਜ ਮੈਂ ਬੇੜਾ ਹੀ ਸੰਭਰਦਾ ਭਾਈ ਮੇਰੀ ਬਾਹ ਦੁਖ ਰਹੀ ਹੈ ਹੈ ਹਾਂ बूट तुसी कित्थे ले चक के बूट तां कुत्ते ने उतर गए रे बेटे गिले हो गए इधर ही रख दो उरी उधर तो फिर कपड़े धो रही मैं हाँ उरी धो लो। हाँ जी क्या हाल चाल है, ये क्या दे हथ गए जाओ लियाओ फिर मैं ला दवा, फिर मैं अंदर काम नबेड़ना है अपना, पहले मैं सब तो पहले तो अपना वो लाया मशीन लाई अज तक मैं सब तो पहला। अज तो मौसम भी ठंडा हो गया, ठंड जी होनी शुरू हो गई, हूँ तो शुरू क्या हो गई बस एक दो दिन रहूगी उस बाद ठंड खत्म। ओहो आ कपड़े तो पाए नहीं मैं मशीन च उधर वग गई जो। लो जी उदम सुता पे इधर हजे
ਬਸ ਅੱਜ ਦੇ ਦਿਨ ਛੁੱਟੀ ਹੈ ਹੁਣ ਕੱਲ੍ਹ ਤਾਂ ਨਹੀਂ ਜਾਣਾ ਸਕੂਲ ਅਤੇ ਆਪਾਂ ਨੇ ਉਦਮ ਦੇ ਜਿਹੜੇ ਕੱਪੜੇ ਸੀਗੇ ਠੰਡਾਂ ਦੇ ਉਹ ਹਜੇ ਰੱਖਣੇ ਨੇ ਗਰਮੀਆਂ ਦੇ ਤਾਂ ਕੱਢ ਦੇ ਪਰ ਹਜੇ ਜਦੋਂ ਠੰਡਾਂ ਦੇ ਰੱਖੋਗੇ ਫਿਰ ਗਰਮੀਆਂ ਦੇ ਉਹ ਹੈ ਨਾ ਅਲਮਾਰੀ 'ਚ ਰੱਖੋਗੇ ਕੱਢੇ ਨਹੀਂ ਜਾ ਰਹੇ ਅਲਮਾਰੀ 'ਚੋਂ ਬਸ ਟਾਈਮ ਨਹੀਂ ਲੱਗ ਰਿਹਾ ਹੈਗਾ ਕੱਲ੍ਹ ਵੀ ਚਲੇ ਗਏ ਇੱਧਰ ਮੇਰਾ ਗੁਗਲੂ ਮੁਗਲੂ ਸੁੱਤਾ ਪਿਆ ਇਹਨੂੰ ਨਾ ਮੰਜੇ 'ਤੇ ਪੈਣ ਦੀ ਆਦਤ ਪੈ ਗਈ ਕਹਿੰਦਾ ਮੈਂ ਮੰਜੇ 'ਤੇ ਪਾਊਂਗਾ ਅਰਮਾਨ ਨਾਲ ਸੁੱਤਾ ਗਿਆ ਟੋਰ ਨਾਲ ਉਦਮ ਉਦਮੀ ਕੌੜੇ ਵੇਚ ਕੇ ਸੋ ਰਹੇ ਸਾਡੇ ਕਮਰੇ 'ਚ ਨਾ ਐਨ ਧੁੱਪ ਆਉਂਦੀ ਹੈ ਚੜ੍ਹਦੀ ਹਵਾ ਵੀ ਲੱਗਦੀ ਹੈ ਧੁੱਪ ਵੀ ਆਉਂਦੀ ਹੈ ਰਾਤ ਅਸੀਂ ਵਿੰਡੋ ਬੰਦ ਕਰਤੀਆਂ ਸੀਗੀਆਂ ਸ਼ੀਸ਼ੇ ਵਾਲੀਆਂ ਕਿਉਂਕਿ ਨਾ ਠੰਡ ਲੱਗ ਰਹੀ ਸੀਗੀ ਫਿਰ ਖੋਲ੍ਹ ਲਈ ਸੀਗੀ ਇੱਕ ਅਤੇ ਆਹ ਸਟੈਂਡ ਆਪਣਾ ਅੰਦਰ ਪਿਆ ਹੈ ਨਾ ਹਜੇ ਇਹਨੂੰ ਕੱਢੀਏ ਬਾਹਰ ਕੱਪੜੇ ਥੋੜ੍ਹੀ ਧੁੱਪ ਲੱਗ ਜੂਗੀ ਫਿਰ ਉਸ ਤੋਂ ਬਾਅਦ ਜੇ ਕੱਪੜੇ ਤਾਰ ਦਾਂਗੇ ਅਤੇ ਦੂਜੇ ਕੱਪੜੇ ਜਿਹੜੇ ਹੁਣ ਧੋ ਰਹੇ ਹਾਂ ਉਹ ਪਾ ਦਾਂਗੇ ਇਹਨਾਂ ਦੇ ਉੱਪਰ ਚਲੋ ਜੀ ਪਹਿਲਾਂ ਆਪਾਂ ਸਟੈਂਡ ਬਾਹਰ ਕੱਢ ਲਈਏ ਅਤੇ ਲਾਈਏ ਝਾੜੂ ਪੋਚੇ ਪਹਿਲਾਂ ਮੱਝ ਦੇ ਲਵਾ ਕੇ ਇਹੀ ਟੀਕਾ ਹੈ ਨਾ ਕਿਉਂਕਿ ਮੱਝ ਆਪਣੀ ਬਿਮਾਰ ਸੀਗੀ ਲਓ ਜੀ ਬੇੜਾ ਸਾਰਾ ਆਪਣੇ ਸੰਭਰ 'ਤੇ ਆ ਅਤੇ ਮੰਮੀ ਪਾ ਰਹੇ ਨੇ ਤਾਂ ਚੌਲ ਧੋ ਕੇ ਸੁੱਕਣੇ ਅਤੇ ਰੋਟੀ ਪਾਣੀ ਦਾ ਆਪਣਾ ਸਾਰਾ ਨਿਬੜਦੇ ਸੀਗੇ ਰਜਾਈ ਦਾ ਗਲੇਫ ਧੋਣਾ ਹੈ ਆਪਣੇ ਅਤੇ ਸਾਰਾ ਬੇੜਾ ਸੰਭਰ ਗਿਆ ਨਾ ਮੈਂ ਬਸ ਫਿਰ ਮੇਰੀ ਬਾਂਹ ਦੁੱਖਣ ਲੱਗ ਗਈ ਇੱਧਰ ਸਰਦਾਰ ਜੀ ਭਾਰੇ ਨੇ ਮੋਟਰਸਾਈਕਲ 'ਚ ਹਵਾ ਪਾਪਾ ਜੀ ਦੇ 'ਚ ਕਿਉਂਕਿ ਮੋਟਰਸਾਈਕਲ ਕਹਿੰਦੇ ਪੈਂਚਰ ਹੋ ਗਿਆ ਪੈਂਚਰ ਹੋ ਗਿਆ ਤਾਂ ਹਵਾ ਨਿਕਲੀ ਹੈ ਪੈਂਚਰ ਹੋ ਗਿਆ ਲੋ ਜੀ ਇੱਧਰ ਵੀ ਹੈਂ ਬਹੁਤ ਹੈ ਨਿਕਲ ਤਾਂ ਜਾਣੀ ਹੈ ਜੇ ਪੈਂਚਰ ਹੈ ਅਤੇ ਇੱਧਰ ਵੀ ਆਪਣੇ ਸਾਰਾ ਸੰਭਰਦਾ ਸੀਗਾ ਹੁਣ ਕਰ ਦਿਉ ਬੰਦ ਧੁੱਪ ਚੜ੍ਹ ਗਈ ਹੁਣ ਬੇੜਾ ਸੁੱਕ ਜੂਗਾ ਸਾਰਾ ਮੱਝਾਂ ਬੈਠੀਆਂ ਨੇ ਧੁੱਪ 'ਚ ਅਤੇ ਇੱਧਰ ਨਾ ਆਪਾਂ ਨੇ ਆਹ ਘੀਆ ਦੀਆਂ ਪਤਾ ਨਹੀਂ ਕਾਹਦੀਆਂ ਕਾਹਦੀਆਂ ਬੇਲਾਂ ਜਮਾਈਆਂ ਹੋਈਆਂ ਨੇ ਆਹ ਇਹ ਲਾਉਣੀਆਂ ਨੇ ਹੁਣ ਅਤੇ ਆਪਾਂ ਹੋ ਗਏ ਤਿਆਰ ਰਾਜਪੁਰੇ ਜਾਣ ਵਾਸਤੇ ਫਿਰ ਮੈਂ ਚੱਲੀ ਦਵਾਈ ਲੈਣ ਹੈ ਨਾ ਕੱਲ੍ਹ ਮਿਲਿਆ ਨਹੀਂ ਹੈਗਾ ਡਾਕਟਰ ਵੈਸੇ ਇੱਕ ਗੋਲੀ 'ਚ ਲੈ ਲਈ ਸੀਗੀ ਅੱਜ ਫਿਰ ਮੇਰਾ ਹੈ ਨਾ ਹੱਥ ਸੁੱਜੇ ਸੁੱਜੇ 'ਚ ਲੱਗ ਰਹੇ ਅਤੇ ਨਾਲੇ ਟੈਸਟ ਕਰਾ ਗਿਆ ਕੱਲ੍ਹ ਲੈਬੋਰਟਰੀ ਵਾਲੇ ਵੀ ਨਹੀਂ ਸੀਗੇ ਅਤੇ ਚਲੋ ਜੀ ਆਪਾਂ ਚੱਲੀਏ ਰਾਜਪੁਰੇ ਨੂੰ ਨਾ ਟੈਸਟ ਕਰਾਉਣ ਅਤੇ ਉਦਮ ਨੂੰ ਆਪਣੇ ਘਰੇ ਹੀ ਛੱਡਤੇ ਆ ਕਿਉਂਕਿ ਮੈਂ ਕਿਹਾ ਚੱਲ ਤੂੰ ਘਰੇ ਰਹਿ ਹੈ ਨਾ ਤੈਨੂੰ ਆ ਕੇ ਸਿਰ ਨਵਾਉਂਗੀ ਉਦਮ ਨੂੰ ਕਿਹਾ ਪਤਾ ਕਿਆ ਕਹਿ ਰਿਹਾ ਮੈਂ ਕਿਹਾ ਸਬਜ਼ੀ ਕਿਉਂ ਲੈ ਕੇ ਜਾਊਂਗਾ ਤੁਹਾਨੂੰ ਸਕੂਲ ਦੇ ਵਿੱਚ ਸਬਜ਼ੀਆਂ ਤਾਂ ਕੁਛ ਨਹੀਂ ਬੋਲਿਆ ਬੋਲਾਂ ਵਾਲੀ ਦੁਕਾਨ ਵਿੱਚ ਚੱਲੀ ਜਾਏ ਕਹਿੰਦੇ ਮੇਰੀ ਗੱਲ ਕਰਾ ਦਿਓ ਜਾ ਕੇ ਮੈਂ ਬੋਲਾਂ ਲੈਣੀ ਆ ਆਪਣੇ ਸਪਿਨਰ ਸਪੁਨਰ ਪਤਾ ਨਹੀਂ ਕਿਹੜੀ ਕਿਹੜੀ ਮੈਂ ਕਿਹਾ ਦੱਸ ਸਬਜ਼ੀ ਦਾ ਕੋਈ ਫਿਕਰ ਫੱਕਾ ਨਹੀਂ ਅਤੇ ਕੱਲ੍ਹ ਕਹਿ ਕੇ ਉਦਮ ਜਿਹੀਆਂ ਡਰੈੱਸਾਂ ਲਾਈਆਂ ਸੀਗੀਆਂ ਹੈ ਨਾ ਇਹ ਅਲਟਰ ਕਰਾਉਣੀਆਂ ਦੇਣੀਆਂ ਨੇ ਇਹਨਾਂ ਨੂੰ ਅਲਟਰ ਕਰਾਵਾਂਗੇ ਮੰਜੀ ਖੜਾਈ ਦੀ ਇਹਨਾਂ ਨੇ ਉਹ ਦੋ ਜਣੇ ਚਿੜੀ ਛਿੱਕਾ ਖੇਡੇ ਤੇ ਥੋੜ੍ਹੀ ਦੇਰ ਖੇਡੇ ਬਸ ਕਣਕ ਦਾ ਕੀ ਹਾਲ ਚਾਲ ਹੈ ਕਣਕ ਕਿਤੇ ਗਿਰ ਗਈ ਕਿਤੇ ਠੀਕ ਹੈ ਹਾਂ ਬਾਬਾ ਜੀ ਨੇ ਹਲਾ ਜੀ ਦੇ ਵੈਸੇ ਤਾਂ ਜਿਹੜੀ ਪੱਕ ਗਈ ਤੇ ਉਹ ਤਾਂ ਠੀਕ ਹੈ ਹਾਂ ਜਿਹੜੀ ਮਾੜੀ ਮੋਟੀ ਹਰੀ ਹੈ ਉਸ ਨੂੰ ਵਿੱਚ ਦੜੀ ਜੀ ਗਿਰ ਗਈ ਅੱਛਾ ਪਾਪਾ ਇਹ ਦੂਸਰਾ ਮੋਟਰਸਾਈਕਲ ਲੈ ਗਿਆ ਹਵਾ ਭਰਦੀ ਪਾਪੇ ਵਿੱਚ ਵਿੱਚ ਤਾਂ ਹੋ ਗਈਆਂ ਖੜੀਆਂ ਕਿਆ ਕਣਕਾਂ ਤਾਂ ਨਹੀਂ ਹਾਂ ਇਤਰਾ ਬੜੀ ਬਾ ਵਿੱਚ ਵਿੱਚ ਟੱਕੀ ਹੋਈ ਆ ਦੱਸ ਕਿੰਨਾ ਕਿਸੇ ਕਿਸੇ ਕਿਤੇ ਜਮਾ ਗਿਰਦੀ ਪੱਧਰ ਦੇ ਵੱਡੇ ਦੇ ਇਤਰ ਬਰਸੀਨ ਚ ਪਾਣੀ ਹੈ ਪਾਣੀ ਖੜੇ ਆ ਆ ਤੂੰ ਤੈਨੂੰ ਲਗਾ ਲੱਗ ਗਿਆ ਤੂੰ ਤਨੀ ਉਰੇ ਖਾਣਾ ਆਇ ਕਰੂੰਗੀ ਤੂੰ ਤਨੀ ਆਉਣਾ ਕਿਆ ਤੂੰ ਤਨੀ ਆਂ ਦੱਸ ਸਵਾਦ ਲਗਾਏ ਕਿਹੜੇ ਲੈ ਦੱਸ ਹੈ ਆਪਣੇ ਗੱਡੀ ਮੰਡਲ ਤੇ ਜਾ ਰਹੀ ਹੈ ਜਾਂਦੀ ਹੋਣੀ ਕਿ ਇਹ ਵਿੱਚ ਤਰਪਾਲ ਰੱਖੀ ਸਟੂਲ ਰੱਖਿਆ ਵਾ ਆ ਕਿਤੇ ਨਾ ਉਹ ਜਾ ਹੈ ਜਿਸ ਤਰ੍ਹਾਂ ਆ ਕਹਿੰਦੇ ਹੁੰਦੇ ਕਿਤੇ ਮੇਲੇ ਮੁੱਲੇ ਉੱਪਰ ਜਾਂਦੀ ਹੋਣੀ ਜਾਂਦੀ ਹੋਈ ਹੈ ਤਰਪਾਲ ਵੀ ਵਿਛਾਈ ਦੀ ਹੈ ਫਿਰ ਤਾਂ ਬੋਰਡ ਲਗਦਾ ਸਾਡੇ ਆ ਦੇਖੋ ਜਾਣਾ ਹੈ ਨਹੀਂ ਜਾਣੇ ਵਾਸਤੇ ਖੜੀ ਹੈ ਬੋਰਡ ਤਾਂ ਕੋਈ ਨਹੀਂ ਹੈਗਾ ਸਾਈਡ ਨੂੰ ਜਿੱਪੀ ਗੱਡੀ ਹੈ ਪੁੱਛਾਂ ਕਿੱਥੇ ਜਾ ਰਿਹਾ ਵਿੱਚ ਕੋਈ ਹੈ ਵੀ ਨਹੀਂ ਕੀ ਕਰਨਾ ਛੱਡੋ ਉਹਨਾਂ ਬੱਚੇ ਨੇ ਛੁੱਪਾ ਕਰ ਲਓ ਬਿੰਦਰੀ ਨੂੰ ਪੁੱਛੋ ਰਸਤਾ ਵੀ ਸੁੱਕਣਾ ਸ਼ੁਰੂ ਹੋ ਗਿਆ ਇੱਧਰ ਮੱਝਾਂ ਬੈਠੀਆਂ ਗਾਰੇ 'ਚ ਚਲੋ ਜੀ ਫਰੈਂਡਸ ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ
ਸੋ ਫਰੈਂਡਸ ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਚਲੋ ਜੀ ਫਿਰ ਨੈਕਸਟ ਵੀਡੀਓ ਲੈ ਕੇ ਫੇਰ ਮਿਲਾਂਗੇ। ਤਦ ਤੱਕ ਲਈ ਬਾਏ ਬਾਏ। ਤੇ ਬਾਕੀ ਟੈਸਟ ਤੇ ਦੱਸਾਂਗੇ ਤੁਹਾਨੂੰ ਕੀ ਆਇਆ ਹੁਣ। ਹੱਥ ਤਾਂ ਇਦਾਂ ਦੂਰ ਹੈ ਜਿੱਦਾਂ ਕਿਤੇ ਪ੍ਰਿੰਟ ਲੜੀ ਹੁੰਦੀ, ਪਰ ਜੇ ਪ੍ਰਿੰਟ ਲੜੀ ਹੁੰਦੀ ਫਿਰ ਤਾਂ 3 ਦਿਨ ਤਾਂ ਰਹੀ ਹੋ ਸਕਦਾ। ਨਹੀਂ ਨਹੀਂ लड़ी भी हो फिर तो लाल हो जाए शायद जिथे लड़ी भी हो तो लाल होगा।